ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਇਸ ਦੇ ਵਿੱਚ ਅਸੀਂ ਆਪ ਸਭ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਪੰਜਾਬ ਦੀਆਂ ਰਾਸ਼ਟਰ ਪੱਧਰ ਦੀਆਂ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਉਸਦੀ ਗਹਿਰਾਈ ਤੱਕ ਜਾਣ ਦੀ ਸਾਡੀ ਕੋਸ਼ਿਸ਼ ਹੁੰਦੀ ਆ। ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਬਲਤੇਜ ਜੀ ਜੀ ਨੂੰ ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ ਮਿਹਰਬਾਨੀ। ਤੇ ਬਿਲਕੁਲ ਸਰੋਤਿਓ, ਅੱਜ ਦੇ ਸਾਡੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਸ ਨੂੰ ਸਪਾਂਸਰ ਕੀਤਾ ਹੈ ਰਜਿੰਦਰ ਕੌਰ ਜੀ ਨੇ ਸੈਨ ਹੋਜ਼ੇ ਤੋਂ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ ਅਤੇ ਕਰਮਪਾਲ ਸਿੰਘ ਅਤੇ ਜਸਜੀਤ ਕੌਰ ਜੀ ਨੇ ਕਲੋਵਿਸ ਤੋਂ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਇਸ ਦੇ ਲਈ ਤੁਸੀਂ ਸਹਾਇਤਾ ਦੇਣਾ ਚਾਹੁੰਦੇ ਹੋ, ਉਸ ਦੇ ਲਈ ਕਾਲ ਕਰ ਸਕਦੇ ਹੋ। ਨੰਬਰ 408-722-9698 4087227698 ਜਾਂ 408-272-5200 4082725200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਤੁਸੀਂ ਫੋਨ ਨੰਬਰਾਂ ਦੇ ਜ਼ਰੀਏ ਵੀ 832-551-5029 ਜਾਂ 605-475-6868। ਸਾਡੀ ਵੈਬਸਾਈਟ 'ਤੇ www.punjabiradiousa.com ਦੇ ਉੱਤੇ ਵੀ ਸੁਣ ਸਕਦੇ ਹੋ। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਸਿਲਸਿਲਾ ਹੈ ਜਿਹੜਾ ਆ ਉਹ ਆਪਾਂ ਸ਼ੁਰੂ ਕਰਦੇ ਹਾਂ। ਜਿਹੜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਸ ਦਾ ਜਿਹੜਾ ਮਾਮਲਾ ਆ ਜਿਹੜਾ ਅੱਗੇ ਤੋਂ ਅੱਗੇ ਜਿਹੜਾ ਵੱਧਦਾ ਜਾ ਰਿਹਾ ਆ, ਅਤੇ ਹੁਣ ਜਿਹੜਾ ਸਿੱਧੇ ਤੌਰ ਦੇ ਉੱਤੇ ਜਿਹੜਾ ਕੇਂਦਰ ਆ ਉਸ ਨੇ ਇਸ ਚੀਜ਼ ਦੇ ਵਿੱਚ ਜਿਹੜਾ ਦਖਲ ਦੇ ਦਿੱਤਾ ਹੈ, ਇਸ ਘਮਾਸਾਨ ਦੇ ਵਿੱਚ ਉਹ ਕੁੱਦ ਗਏ ਨੇ। ਕੀ ਹੈਗੀ ਆ ਜੀ ਇਸ ਟਾਈਮ ਲੇਟੈਸਟ ਅਪਡੇਟ ਇਸ ਚੀਜ਼ ਦੇ ਉੱਤੇ? ਜਿਹੜੀ ਲੈਟਰ ਲਿਖੀ ਗਈ ਹੈ ਜੀ, ਕੇਂਦਰੀ ਗ੍ਰਹਿ ਸਕੱਤਰ ਨੇ ਜਿਹੜੀ ਹਰਿਆਣੇ ਦੀ ਸਰਕਾਰ ਨੂੰ ਲਿਖੀ ਹੈ, ਉਹ ਲੈਟਰ ਦੀ ਕਾਪੀ ਮੇਰੇ ਕੋਲੇ ਹੈ ਜੀ, ਉਹ ਮੈਂ ਸਾਰੀ ਸਾਰੀ ਪੜ੍ਹੀ ਹੈ। ਜੇ ਤੁਸੀਂ ਉਹਨੂੰ ਘੋਖੋ ਕਾਨੂੰਨੀ ਨੁਕਤਾ ਨਿਗਾਹ ਤੋਂ ਦੇਖੋ, ਜਿਹਨਾਂ ਦੇ ਨਾਲ ਕੁਛ ਕਾਨੂੰਨੀ ਮਾਹਰ ਨੇ ਉਹਨਾਂ ਦੇ ਨਾਲ ਵੀ ਮੈਂ ਰਾਤ ਗੱਲ ਜਿਹੜੀ ਕੀਤੀ ਸੀ ਜੀ, ਕਿਉਂ ਲੱਗਦਾ ਜੀ ਉਸ ਲੈਟਰ ਚੋਂ ਓਵਰਆਲ ਸਾਰੇ ਚੋਂ ਅੱਖਾਂ ਪੂੰਝਣ ਵਾਲੀ ਗੱਲ ਹੈ, ਹੋਰ ਕੁਛ ਨਹੀਂ ਜੀ। ਜੀ ਹਰਿਆਣੇ ਦੇ ਵਿੱਚ ਜਿਹੜੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਸ ਮਾਮਲੇ ਦੇ ਉੱਤੇ ਸਥਿਤੀ ਜਿਹੜੀ ਬੇਸ਼ੱਕ ਟਕਰਾਓ ਵਾਲੀ ਜਿਹੜੀ ਆ ਉਹ ਬਣੀ ਹੋਈ ਆ। ਜਿਹੜਾ ਕੇਂਦਰੀ ਗ੍ਰਹਿ ਸਕੱਤਰ ਆ ਉਹਨੇ ਹਰਿਆਣੇ ਦੀ ਸਰਕਾਰ ਨੂੰ, ਹਰਿਆਣੇ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਜਿਹੜਾ ਰਾਜਪਾਲ ਹੈ ਉਹਨੂੰ ਕਹੋ ਇਹ ਬਿੱਲ ਵਾਪਸ ਲਓ। ਹਰਿਆਣੇ ਦੀ ਸਰਕਾਰ ਨੇ ਸਪਸ਼ਟ ਕਰਤਾ ਕਿ ਹਰਿਆਣਾ ਵੱਖਰੀ ਕਮੇਟੀ ਬਣਨ ਦੇ ਉੱਤੇ ਜੇ ਕਿਸੇ ਨੂੰ ਇਤਰਾਜ਼ ਹੈ ਤਾਂ ਉਹ ਅਦਾਲਤ 'ਚ ਚੱਲ ਜਾਵੇ। ਹਰਿਆਣੇ ਦੇ ਮੁੱਖ ਸਕੱਤਰ ਜਿਹੜੇ SC ਚੌਧਰੀ ਨੇ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਅਦਾਲਤ ਇਹਦਾ ਫੈਸਲਾ ਕਰੂਗੀ ਕਿ ਬਿੱਲ ਕਾਨੂੰਨੀ ਹੈ ਜਾਂ ਨਹੀਂ। ਉਹਨਾਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੂੰ ਇਹਦੇ ਸੰਬੰਧ ਦੇ ਵਿੱਚ ਰਾਏ ਲੈ ਲੈਣੀ ਚਾਹੀਦੀ ਹੈ ਮਾਹਰਾਂ ਦੀ, ਕਿਉਂਕਿ ਕੇਂਦਰ ਦੀ ਸਰਕਾਰ ਤਾਂ ਸੰਵਿਧਾਨ ਨੂੰ ਹੀ ਚੈਲੰਜ ਕਰਨ ਲੱਗੀ। ਉਹਨਾਂ ਕਿਹਾ ਕਿ ਸੰਵਿਧਾਨ ਜਿਹੜਾ ਇਸ ਚੀਜ਼ ਦੀ ਇਜਾਜ਼ਤ ਦਿੰਦਾ ਕਿ ਇਸ ਤਰ੍ਹਾਂ ਦਾ ਬਿੱਲ ਜਿਹੜਾ ਉਹ ਸੂਬੇ ਦੇ ਵੱਲੋਂ ਲਿਆਂਦਾ ਜਾ ਸਕਦਾ, ਉਹਨੂੰ ਕਾਨੂੰਨ ਜਿਹੜਾ ਜੀ ਉਹ ਬਣਾਇਆ ਜਾ ਸਕਦਾ। ਸੋ ਇਸ ਮਾਮਲੇ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਈ ਜਿਹੜੇ ਦਿੱਲੀ ਬੈਠੇ ਨੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਮੁਲਾਕਾਤ ਕੀਤੀ ਹੈ। ਪੰਜਾਬ ਦੇ ਅਹਿਮ ਮਸਲੇ, ਪੰਜਾਬ ਦੇ ਵਿਧਾਨ ਸਭਾ ਸੈਸ਼ਨ ਨੂੰ ਛੱਡ ਕੇ ਉਹ ਸਿਰਫ ਜਿਹੜੀ ਸ਼੍ਰੋਮਣੀ ਗੋਲਕ ਕਮੇਟੀ ਜਿਹੜੀ ਹੈ ਨਾ ਜੀ ਉਹਨੂੰ ਬਚਾਉਣ ਦੇ ਵਾਸਤੇ ਉਹ ਬੈਠੇ ਹੋਏ ਨੇ। ਮੁਲਾਕਾਤ ਦੇ ਵਿੱਚ ਕੀ ਹੋਇਆ ਇਹਦੀ ਕੋਈ ਬਹੁਤੀ ਡਿਟੇਲ ਜਿਹੜੀ ਆ ਉਹ ਸਾਹਮਣੇ ਨਹੀਂ ਆਈ ਜੀ। ਜੀ ਗੁਲਦਸਤਾ ਜ਼ਰੂਰ ਨਰਿੰਦਰ ਮੋਦੀ ਹੋਰਾਂ ਨੇ ਦਿੱਤਾ। ਕੁਛ ਸੂਤਰ ਜਿਹੜੇ ਨੇ ਉਹ ਇਹ ਦੱਸਦੇ ਨੇ ਕਿ ਉੱਥੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਨਿਰਾਸ਼ ਹੋਏ ਨੇ। ਉਹਨਾਂ ਨੇ ਇਹ ਕਿਹਾ ਸੀਗਾ ਕਿ ਜੇ ਕੇਂਦਰ ਦੀ ਸਰਕਾਰ ਨੇ ਮੇਰੀ ਝੋਲੀ ਦੇ ਵਿੱਚ ਇਹ ਨਾ ਪਾਇਆ ਜਿਹੜਾ ਮੁੱਦਾ ਭਾਵ ਕਿ ਇਹ ਨਾ ਤੋੜੀ ਤਾਂ ਮੈਂ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਸ਼ਹੀਦੀ ਦੇ ਦੂੰਗਾ। ਪਰ ਉਹ ਅਕਾਲ ਤਖ਼ਤ ਸਾਹਿਬ ਤੇ ਸ਼ਹੀਦੀ ਦੇਣ ਨਹੀਂ ਜਾ ਰਹੇ, ਉਹ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਆ ਰਹੇ ਨੇ ਜਿਹੜੀ ਅੱਜ ਇੱਥੋਂ ਪੰਜਾਬ ਦੇ ਸਮੇਂ ਮੁਤਾਬਕ 11 ਵਜੇ ਹੋਣੀ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਘਰ ਦੇ ਵਿੱਚ। ਇਹ ਕਿਹਾ ਜਾ ਰਿਹਾ ਕਿ ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਹੋਰੀ ਉੱਥੇ ਅਸਤੀਫਾ ਦੇ ਸਕਦੇ ਨੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ। ਜੇ ਅਸਤੀਫਾ ਦਿੰਦੇ ਨੇ ਤਾਂ ਫਿਰ ਹੋਣਾ ਕੀ ਹੈ ਜੀ ਕਿ ਉੱਥੇ ਜਿਹੜੇ ਸੁਖਬੀਰ ਸਿੰਘ ਬਾਦਲ ਹੋਰੀ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਊਗਾ। ਇਹ ਸ਼ਾਇਦ ਉਹਨਾਂ ਨੂੰ ਮੁੱਖ ਮੰਤਰੀ ਬਣਾਉਣ ਦੇ ਵਾਸਤੇ ਵੀ ਸਾਰਾ ਕੁਛ ਜਿਹੜਾ ਜੀ ਉਹ ਕੀਤਾ ਜਾ ਰਿਹਾ। ਬਹੁਤੀਆਂ ਬੇਸ਼ੱਕ ਇਹ ਕੁਛ ਕਿਉਂਕਿ ਸੂਤਰਾਂ ਦੀਆਂ ਜਿਹੜੀਆਂ ਖਬਰਾਂ ਨੇ ਕਿ ਆਹ ਕੁਛ ਹੋ ਸਕਦਾ ਹੈ, ਬਾਕੀ ਦੇਖਦੇ ਹਾਂ ਜੀ। ਜੇ ਉੱਥੋਂ ਨਰਿੰਦਰ ਮੋਦੀ ਹੋਰਾਂ ਨੇ ਸਟਰੋਂਗ ਸਟੈਂਡ ਲਿਆ ਹੁੰਦਾ, ਕੇਂਦਰ ਨੇ ਸਟਰੋਂਗ ਸਟੈਂਡ ਲਿਆ ਹੁੰਦਾ ਤਾਂ ਉੱਥੇ ਉਹਨਾਂ ਨੇ ਬਾਗੀਆਂ ਪਾਉਂਦੇ ਆਉਣਾ ਸੀਗਾ ਜੀ। ਜਿਹੜੀ ਚੁੱਪ ਗੜੁੱਪ ਜੇ ਹੋਏ ਪਏ ਨੇ ਨਾ ਜੀ, ਉੱਥੋਂ ਲੱਗਦਾ ਕਿ ਉੱਥੋਂ ਬਹੁਤਾ ਕੁਛ ਮਿਲਿਆ ਨੀ ਕੇਂਦਰ ਤੋਂ ਜੀ। ਬਿਲਕੁਲ, ਤੇ ਇਸ ਟਾਈਮ ਜਿਹੜਾ ਇਹ ਜ਼ਰੂਰ ਲੱਗ ਰਿਹਾ ਵੀ ਇਹਨਾਂ ਦਾ ਕਿਤੇ ਨਾ ਕਿਤੇ ਨਿਰੰਤਰ ਨਿਘਾਰ ਜਿਹੜਾ ਆ ਚੱਲ ਰਿਹਾ ਇਸ ਬਾਦਲ ਪਰਿਵਾਰ ਦਾ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹਨਾਂ ਦੀ ਕੋਈ ਸਥਿਤੀ ਆ ਬਹੁਤ ਹੀ ਮਜ਼ਬੂਤ ਜਿਹੜੀ ਆ ਓਵਰਆਲ ਪੰਜਾਬ ਦੇ ਵਿੱਚ ਵੀ ਹੁੰਦੀ ਨਜ਼ਰ ਨਹੀਂ ਆ ਰਹੀ। ਤੁਹਾਡਾ ਕੀ ਕਹਿਣਾ ਇਸ ਚੀਜ਼ ਦੇ ਉੱਤੇ?
ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਐਕਚੁਅਲੀ ਇਹ ਹੈ ਜੀ ਕਿ ਜਿਹੜੀਆਂ ਗੱਲਾਂ ਸਾਹਮਣੇ ਹੁਣ ਆ ਰਹੀਆਂ ਨੇ ਕਿ ਇਹ ਤਾਂ ਜਿਹੜੀ ਸ਼੍ਰੋਮਣੀ ਜਿਹੜੀ ਗੋਲਕ ਤਿਆਰ ਕਰਨ ਵਾਲੀ ਕਮੇਟੀ ਹੈ ਜੀ, ਜੀ ਜੀ 3400 acres, ਮੈਂ ਕੱਲ ਵੀ ਕਵਰ ਕੀਤਾ ਸੀਗਾ, 3400 acres ਜ਼ਮੀਨ ਹੈ ਜੀ ਹਰਿਆਣੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਜਿਹੜੀ ਇਤਿਹਾਸਕ ਗੁਰਦੁਆਰਿਆਂ ਦੇ ਨਾਲ ਲੱਗਦੀ ਹੈ ਜੀ। ਜੀ ਜੀ ਕਰੋੜਾਂ ਰੁਪਈਏ ਇਹਦਾ ਠੇਕਾ ਆਉਂਦਾ, ਪਰ ਲੱਖਾਂ ਦੇ ਵਿੱਚ ਜਿਹੜਾ ਜੀ ਆਪਣੇ ਬੰਦਿਆਂ ਨੂੰ ਦੇ ਦਿੱਤਾ ਜਾਂਦਾ, 300 crore rupees ਜਿਹੜਾ ਉੱਥੋਂ ਆਉਂਦਾ। ਚੰਡੀਗੜ੍ਹ ਦੇ ਵਿੱਚ ਜਿਹੜੇ ਗੁਰਦੁਆਰੇ ਪੈਂਦੇ ਨੇ ਹੁਣ ਉਹ ਵੱਖਰਾ ਮੰਗਣ ਲੱਗ ਗਏ, ਉੱਤਰ ਪ੍ਰਦੇਸ਼ ਵਾਲੇ ਆਪਣਾ ਵੱਖਰ ਮੰਗਣ ਲੱਗ ਗਏ ਜੀ। ਇਹ ਇਉਂ ਹੁੰਦਾ ਜੀ ਕਿ ਬਾਡੀ ਜਿਹੜੀ ਹੁੰਦੀ ਹੈ ਨਾ ਇੱਕ, ਉਹਨੂੰ ਪੈਰਲਾਈਜ਼ ਜਦੋਂ ਹੋ ਜਾਂਦਾ ਫਿਰ ਪਾਸਾ ਮਾਰਿਆ ਜਾਂਦਾ ਉਹਨਾਂ ਦੀ। ਹਰਿਆਣੇ ਦੇ ਵਿੱਚ ਜਿਹੜੀ ਕਮੇਟੀ ਬਣਨ ਦੇ ਨਾਲ ਇੱਕ ਪਾਸਾ ਤਾਂ ਜਿਹੜਾ ਜੀ ਉਹ ਮਾਰਿਆ, ਕਿਤੋਂ ਨਾ ਕਿਤੋਂ ਤਾਂ ਜਿਹੜੀ ਇਹਦੀ ਸ਼ੁਰੂਆਤ ਸੀ ਨਾ ਉਹ ਹੋਣੀ ਸੀਗੀ, ਤੇ ਉਹ ਸਮਝ ਲਓ ਸ਼ੁਰੂਆਤ ਜਿਹੜੀ ਹੈ ਜੀ ਉਹ ਹੋ ਗਈ ਹੈ, ਕਿਰਨਾ ਸ਼ੁਰੂ ਹੋ ਗਿਆ ਜੀ ਜਿਹੜਾ ਕਬਜ਼ਾ ਹੈ ਉਹ ਆਪਾਂ ਅੱਗੇ ਚੱਲ ਕੇ ਵਿਧਾਨ ਸਭਾ ਵਾਲਾ ਵੀ ਕਰਦੇ ਹਾਂ, ਔਰ ਖਾਸ ਤੌਰ ਦੇ ਉੱਤੇ ਜਿਹੜਾ ਅਦਨਾਮਾ ਹੋਊਗਾ ਨਾ ਜੀ ਲਾਸਟ ਦੇ ਵਿੱਚ, ਜੀ ਜੀ ਉਹਦੇ 'ਚ ਮੈਂ ਸਾਰੀ ਕਹਾਣੀ ਜ਼ਰੂਰ ਦੱਸ ਦਿੰਦਾ। ਜੀ ਬਿਲਕੁਲ ਜੀ, ਇੰਤਜ਼ਾਰ ਰਹੇਗਾ ਅਜਨਾਮੇ ਦਾ ਵੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵਿਧਾਨ ਸਭਾ ਦੇ, ਜਿਹੜੀ ਤੁਸੀਂ ਜ਼ਿਕਰ ਕੀਤਾ ਹੈ ਵੀ ਜਿਹੜੇ ਵਿਰੋਧੀ ਆ ਉਹਨਾਂ ਨੇ ਚੰਗਾ ਹੈ ਜੀ ਇਹਨਾਂ ਨੂੰ ਨਸ਼ਿਆਂ ਦੇ ਜਿਹੜੇ ਮੁੱਦੇ ਦੇ ਉੱਤੇ ਕਾਫੀ ਘੇਰਿਆ ਆ ਵਿਧਾਨ ਸਭਾ 'ਚ, ਕੀ ਕਾਰਵਾਈ ਰਹੀ ਉਸ ਦੇ ਵਿੱਚ? ਨਸ਼ਿਆਂ ਵਾਲੇ ਮਾਮਲੇ ਦੇ ਉੱਤੇ ਜਿਹੜੀ ਵਿਰੋਧੀ ਧਿਰ ਹੈ ਉਹਨੇ ਕਿਹਾ ਸੀਗਾ ਕਿ ਇਹਦੇ ਉੱਤੇ ਬਹਿਸ ਜਿਹੜੀ ਹੈ ਜੀ ਉਹ ਹੋਣੀ ਚਾਹੀਦੀ ਹੈ ਜੀ। ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਡਿਪਟੀ ਮੁੱਖ ਮੰਤਰੀ ਨੇ ਉਹੀ ਇਸ ਵੇਲੇ ਆਲ ਐਂਡ ਆਲ ਨੇ ਜੀ, ਮੈਂ ਕਿਉਂਕਿ ਹੈ ਨੀ ਵੱਡੇ ਬਾਦਲ ਸਾਹਿਬ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਮਾਮਲਾ ਜਿਹੜਾ ਜ਼ਿਆਦਾ ਬਹਿਸ ਦੀ ਮੰਗ ਕਰਦਾ, ਲੰਬੀ ਬਹਿਸ ਦੀ ਮੰਗ ਕਰਦਾ, ਇਸ ਕਰਕੇ ਸੋਮਵਾਰ ਜਾਂ ਮੰਗਲਵਾਰ ਨੂੰ ਇਹਦਾ ਜਵਾਬ ਜਿਹੜਾ ਜੀ ਉਹ ਦਿੱਤਾ ਜਾਊਗਾ। ਪਰ ਵਿਰੋਧੀ ਧਿਰ ਨੇ ਇਹ ਕਿਹਾ ਕਿ ਇਹ ਮਾਮਲਾ ਸਭ ਤੋਂ ਸੀਰੀਅਸ ਹੈ, ਲੋਕ ਸਭਾ ਚੋਣਾਂ ਦੇ ਦੌਰਾਨ ਸਭ ਤੋਂ ਵੱਡੇ ਮੁੱਦੇ ਵਜੋਂ ਉੱਭਰਿਆ, ਔਰ ਇਹਦੇ ਉੱਤੇ ਤੁਰੰਤ ਜਿਹੜੀ ਬਹਿਸ ਹੈ ਉਹ ਹੋਣੀ ਚਾਹੀਦੀ ਹੈ। ਜਦੋਂ ਕਿ ਜਿਹੜੀ ਪੰਜਾਬ ਸਰਕਾਰ ਸੀ ਜਦੋਂ ਉਹਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਇਹਦੇ ਨਾਲ ਰੌਲਾ ਰੱਪਾ ਜਿਹੜਾ ਸੀਗਾ ਉਹ ਪੈਣਾ ਸ਼ੁਰੂ ਹੋ ਗਿਆ ਵਿਧਾਨ ਸਭਾ ਦੇ ਵਿੱਚ। ਕਾਂਗਰਸ ਨੇ ਕਿਹਾ ਉਹ ਅੱਜ ਹੀ ਬਹਿਸ ਦੀ ਮੰਗ ਕਰਦੇ ਨੇ, ਸੱਤਾਧਾਰੀ ਧਿਰ ਨੇ ਕਿਹਾ ਕਿ ਇਹਦੀ ਬਹਿਸ ਜਿਹੜੀ ਹੈ ਜੀ ਅਗਲੇ ਹਫਤੇ ਭਾਵ ਕਿ ਸੋਮਵਾਰ ਜਾਂ ਮੰਗਲਵਾਰ ਨੂੰ ਕਰਾਂਗੇ। ਇੱਥੋਂ ਲੈ ਕੇ ਤਕਰਾਰ ਜਿਹੜਾ ਸੀ ਵੱਧ ਗਿਆ ਤੇ ਅਖੀਰ ਜਿਹੜੇ ਕਾਂਗਰਸ ਵਾਲੇ ਸੀਗੇ ਉਹਨਾਂ ਨੇ ਵਾਕਆਊਟ ਕੀਤਾ ਵਿਧਾਨ ਸਭਾ ਦੇ ਵਿੱਚੋਂ, ਔਰ ਬਾਹਰ ਜਿਹੜਾ ਸੀ ਉਹ ਆ ਗਏ। ਬਾਹਰ ਆਉਣਾ, ਵਾਕਆਊਟ ਕਰਨਾ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਲੱਖਾਂ ਰੁਪਈਏ ਇਹਦੇ ਉੱਤੇ ਖਰਚ ਹੁੰਦੇ ਨੇ। ਕਾਂਗਰਸ ਵਾਲਿਆਂ ਨੂੰ ਜੇ ਉਹ ਵਿਰੋਧ ਕਰ ਰਹੇ ਨੇ ਜਾਂ ਮੰਗ ਕਰ ਰਹੇ ਨੇ ਤਾਂ ਅੰਦਰ ਰਹਿ ਕੇ ਇਹ ਮੰਗ ਜਿਹੜੀ ਜਾਰੀ ਰੱਖਣੀ ਚਾਹੀਦੀ ਸੀ। ਜੀ ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਫਿਰ ਇੱਕ ਵਾਰੀ ਜਿਹੜੀ ਹਰਿਆਣੇ ਦੇ ਨਾਲ ਜੁੜੀ ਹੋਈ ਹੈ ਉਸ ਕਮੇਟੀ ਦੇ ਮਸਲੇ ਦੇ ਨਾਲ ਹੀ, ਜਿਹਨੂੰ ਜਿਹੜੇ ਕਈ ਟਾਸਕ ਫੋਰਸ ਕਹਿੰਦੇ ਆ, ਕਈ ਗੁੰਡਾ ਫੋਰਸ ਕਹਿੰਦੇ ਆ, ਉਹ ਤੇ ਜਿਹੜੇ ਹੋਰ ਬਹੁਤ ਸਾਰੇ ਜਿਹੜੇ ਕਈ ਅਕਾਲੀ ਜਿਹੜੇ ਹਰਿਆਣੇ ਦੇ, ਉਹ ਜਿਹੜੇ ਗੁਰਦੁਆਰਿਆਂ ਦੇ ਉੱਤੇ ਜਾ ਕੇ ਕਹਿੰਦੇ ਜੀ ਇਸ ਟਾਈਮ ਉਹ ਮਲ ਕੇ ਬੈਠੇ ਹੋਏ ਆ, ਕੀ ਹੈਗਾ ਜੀ ਇਸ ਚੀਜ਼ ਦੇ ਪਿੱਛੇ? ਦੇਖੋ ਜਿਹੋ ਜਿਹਾ ਕਿਸੇ ਦਾ ਹੈ ਨਾ ਜੀ ਪਿਛੋਕੜ, ਉਹ ਦੇ ਹਿਸਾਬ ਦੇ ਨਾਲ ਉਹਨੂੰ ਉਹੋ ਜਿਹਾ ਗੁਰਦੁਆਰਾ ਵੱਡਾ ਜਿਹੜਾ ਜੀ ਉਹ ਥਮਾ ਦਿੱਤਾ। ਅੱਛਾ ਜੀ। ਜਿਹੜੇ ਸੁੱਚਾ ਸਿੰਘ ਲੰਗਾਹ ਨੇ ਉਹਨਾਂ ਨੂੰ ਨਾਢਾ ਸਾਹਿਬ ਜਿਹੜਾ ਗੁਰਦੁਆਰਾ ਜੀ ਉਹਦੀ ਡਿਊਟੀ ਲਾ ਦਿੱਤੀ ਹੈ। ਜੀ ਜੀ। ਕੁਰਕਸ਼ੇਤਰ ਗੁਰਦੁਆਰਾ ਤੇ ਸਬ ਆਫਿਸ ਜਿਹੜਾ ਜੀ ਉਹ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਹਵਾਲੇ ਕੀਤਾ ਗਿਆ। ਅੰਬਾਲੇ ਦਾ ਜਿਹੜਾ ਗੁਰਦੁਆਰਾ ਉਹ ਬਲਵੰਤ ਸਿੰਘ ਰਾਮੂ ਵਾਲੀਆ ਨੂੰ ਸੌਂਪਿਆ ਗਿਆ। ਪੰਜੋਖੜਾ ਦੇ ਵਿੱਚ ਜਗੀਰ ਕੌਰ ਦੀ ਡਿਊਟੀ ਜਿਹੜੀ ਆ ਉਹ ਲਾਈ ਗਈ ਹੈ। ਜੀਂਦ ਤੇ ਧਮਧਾਨ ਜਿਹੜੇ ਨੇ ਜੀ ਉੱਥੇ ਬਲਵਿੰਦਰ ਸਿੰਘ ਧੂੰਦੜ ਦੀਆਂ ਡਿਊਟੀਆਂ ਜਿਹੜੀਆਂ ਨੇ ਉਹ ਲਾਈਆਂ ਗਈਆਂ ਨੇ ਗੁਰਦੁਆਰਿਆਂ ਦੀ ਸੁਰੱਖਿਆ ਦੇ ਵਾਸਤੇ। ਅੰਮ੍ਰਿਤਸਰ ਹੈੱਡਕੁਆਟਰ ਤੋਂ ਜਿਹੜੇ ਮੁਲਾਜ਼ਮ ਨੇ ਤੇ ਟਾਸਕ ਫੋਰਸ ਦੇ ਜਿਹੜੇ ਮੈਂਬਰ ਨੇ ਜਿਨ੍ਹਾਂ ਦੀ ਗਿਣਤੀ ਸੈਂਕੜਿਆਂ ਦੇ ਵਿੱਚ ਹੈ, 500 ਤੋਂ ਉੱਪਰ ਜਿਹੜਾ ਜੀ ਉਹ ਹਰਿਆਣੇ ਦੇ ਵਿੱਚ ਤਬਦੀਲ ਕਰ ਦਿੱਤੀ ਗਈ ਹੈ ਜੀ। ਇਹ ਸਾਰੇ ਮੁਲਾਜ਼ਮ ਜਿਹੜੇ ਨੇ ਉਹ ਹਰਿਆਣੇ ਪਹੁੰਚ ਗਏ ਹੋਏ ਨੇ, ਔਰ ਗੁਰਦੁਆਰਿਆਂ ਦੇ ਗੋਲਕਾਂ ਦੇ ਉੱਤੇ ਇਹਨਾਂ ਨੇ ਜਿਹੜਾ ਜੀ ਪੂਰੀ ਨੇੜਿਓਂ ਨਿਗਾਹ ਰੱਖੀ ਹੋਈ ਹੈ ਕਿ ਇਹਨੂੰ ਕੋਈ ਹੱਥ ਨਾ ਲਾਵੇ। ਕੱਲ ਜਿਹੜਾ ਬਿਆਨ ਆਇਆ ਸੀਗਾ ਅਵਤਾਰ ਸਿੰਘ ਮੱਕੜ ਹੋਰਾਂ ਦਾ, ਮੈਂ ਕੱਲ ਵੀ ਸਾਂਝਾ ਕੀਤਾ ਸੀਗਾ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਕਿਸੇ ਵੀ ਵਿਅਕਤੀ ਨੂੰ ਅਸੀਂ ਇੱਕ ਵੀ ਗੋਲਕ ਨੂੰ ਹੱਥ ਨਹੀਂ ਲਾਉਣ ਦੇਵਾਂਗੇ। ਜੀ ਜੀ ਜੀ। ਤੁਸੀਂ ਸਪਸ਼ਟ ਉਹਨਾਂ ਦੇ ਜਿਹੜਾ ਬਿਆਨ ਆ ਜੀ ਉਹ ਦੇਖ ਸਕਦੇ ਹੋ ਕਿ ਉਹ ਕਹਿਣਾ ਕੀ ਚਾਹੁੰਦੇ ਨੇ ਜੀ। ਕਬਜ਼ਾ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਕਬਜ਼ਾ ਜਿਹੜਾ ਜੀ ਉਹ ਜ਼ਬਰਦਸਤੀ ਨਾ ਲੈ ਲਿਆ ਜਾਵੇ ਉੱਥੇ ਹਰਿਆਣੇ ਦੇ ਵਿੱਚ, ਜਿਹਦੇ ਕਰਕੇ ਇਹਨਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਨੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਸ਼ੁਰੂ ਤੋਂ ਇਹ ਕਹਿੰਦੇ ਰਹੇ ਨੇ ਕਿ ਸਿੱਖਾਂ ਦੇ ਵਿੱਚ ਦਫਾੜ ਜਾਂ ਫਿਰ ਘਮਾਸਾਨ ਜੰਗ ਜਿਹੜਾ ਕਰਾਉਣ ਦੇ ਵਾਸਤੇ ਹਰਿਆਣੇ ਦੀ ਸਰਕਾਰ ਰੋਲ ਨਿਭਾ ਰਹੀ ਹੈ। ਚਲੋ ਉਹਨਾਂ ਨੇ ਕਾਨੂੰਨੀ ਤੌਰ ਦੇ ਉੱਤੇ ਜਿਹੜੀ ਹਰਿਆਣੇ ਦੇ ਵਿੱਚ ਜਿਹੜੀ ਵੱਖਰੀ ਕਮੇਟੀ ਆ ਉਹਨੂੰ ਮਾਨਤਾ ਦੇ ਦਿੱਤੀ ਆ, ਕਾਨੂੰਨ ਬਣ ਗਿਆ। ਜੇ ਕਾਨੂੰਨ ਨੂੰ ਕਿਸੇ ਦੇ ਉੱਤੇ ਇਤਰਾਜ਼ ਆ ਤਾਂ ਉਹ ਚੈਲੰਜ ਕਰ ਦੇਵੇ ਅਦਾਲਤ ਦੇ ਵਿੱਚ, ਤਰਪਾਲਾਂ ਤਕੂਏ ਲੈ ਕੇ ਜਿਹੜੇ ਜੀ ਉੱਥੇ ਬੰਦੇ ਬਿਠਾ ਦੇਣੇ। ਇਹ ਤਾਂ ਹਜੇ ਤੱਕ ਇਹ ਕਹਿ ਲਓ ਕਿ ਝੀਂਡਾ ਗਰੁੱਪ ਦੀ ਥੋੜੀ ਸਿਆਣਪ ਹੈ ਕਿ ਉਹ ਗਏ ਨੀ, ਜੇ ਉਹ ਵੀ ਏਦਾਂ ਹੀ ਕਿਰਪਾਨਾਂ ਲੈ ਕੇ ਕਬਜ਼ਾ ਲੈਣ ਤੁਰ ਪੈਣ ਤਾਂ ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੱਗਾਂ ਲੈਣੀਆਂ
ਤੇ ਕਿਸ ਤਰੀਕੇ ਦੇ ਨਾਲ ਲੱਤਾਂ ਬਾਹਾਂ ਉੱਥੇ ਵੱਢੀਆਂ ਜਾਣੀਆਂ ਨੇ ਹਰਿਆਣੇ ਦੇ ਵਿੱਚ, ਜਿਵੇਂ ਦੇ ਹਾਲਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਇਹ ਸੋ ਕਾਲ ਟਾਸਕ ਫੋਰਸ ਦੇ ਨਾਲ ਉੱਥੇ ਬਣਾ ਦਿੱਤੇ ਨੇ ਜੀ। ਜੀ 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 ਬਿਲਕੁਲ। ਤੇ ਪਰ ਜਿੱਦਾਂ ਤੁਸੀਂ ਕਿਹਾ ਵੀ ਝੀਂਡੇ ਹੁਣਾਂ ਦੀ ਕਹਿ ਸਕਦੇ ਹਾਂ ਵੀ ਇਹ ਸਿਆਣਪ ਆ, ਬਹੁਤਾ ਚਿਰ ਮੈਨੂੰ ਨਹੀਂ ਲੱਗਦਾ ਵੀ ਜੇ ਬਾਹਰੋਂ ਜਾ ਕੇ ਵੀ ਉੱਥੇ ਬੈਠੇ ਰਹਿਣਗੇ ਬਹੁਤਾ ਸਮਾਂ ਉਹ ਉੱਥੇ ਨਹੀਂ ਟਿਕ ਸਕਣਗੇ। ਜਿਹੜੇ ਲੋਕਲ ਹੁੰਦੇ ਉਹਨਾਂ ਨੂੰ ਕੁਛ ਤਾਂ ਇਸ ਚੀਜ਼ ਦਾ ਜਿਹੜਾ ਫਾਇਦਾ ਉਹ ਜ਼ਰੂਰ ਹੁੰਦਾ ਆ। ਅਗਲੀ ਗੱਲ ਕਰਦੇ ਹਾਂ ਸੁਖਬੀਰ ਬਾਦਲ ਹੁਣਾਂ ਦੀ, ਇਹਨਾਂ ਦੇ ਯੂ ਟਰਨ ਜਿਹੜੇ ਉਹ ਵੀ ਹਮੇਸ਼ਾ ਹੀ ਕਮਾਲ ਹੀ ਰਹੇ ਨੇ। ਕਦੀ ਬਿਜਲੀ 24 ਘੰਟੇ ਆਉਣੀ ਆ, ਕਦੀ ਬਿਜਲੀ ਸਰਪਲਸ, ਅਤੇ ਕਦੀ 15 ਦਿਨਾਂ ਬਾਅਦ ਪੱਕੀ ਆ ਜਾਣੀ ਆ। ਇਹੋ ਜਿਹੇ ਯੂ ਟਰਨਾਂ ਤੋਂ ਬਾਅਦ ਜਿੱਦਾਂ ਕਹਿ ਲਓ ਵੀ ਇੱਕ ਹੋਰ ਯੂ ਟਰਨ ਉਹਨਾਂ ਨੇ ਮਾਰਿਆ। ਕੁਛ ਚਿਰ ਪਹਿਲਾਂ ਕਹਿੰਦੇ ਸੀਗੇ ਵੀ ਪੰਜਾਬ ਦੇ ਵਿੱਚ ਨਸ਼ੇੜੀ ਕੋਈ ਨਹੀਂ ਆ, ਅਤੇ ਅੱਜ ਜਿਹੜੀ ਗੱਲ ਉਹ ਸਾਹਮਣੇ ਵੀ ਜਿਹੜੇ ਬੱਚੇ ਗਵਾਚੇ ਉਹ ਸਾਰੇ ਦੇ ਸਾਰੇ ਨਸ਼ੇੜੀ ਆ। ਕੀ ਹੈਗਾ ਇਸ ਪੂਰੀ ਖਬਰ ਦੇ ਪਿੱਛੇ? ਇਹ ਬੱਚਿਆਂ ਦੀ ਗਿਣਤੀ ਹੁਣ 28 ਹੋ ਗਈ ਹੈ। ਇੱਕ ਪਾਸੇ ਤਾਂ ਸੀਨੀਅਰ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਫਰੀਦਕੋਟ 'ਚ ਡੇਰੇ ਲਾਈ ਬੈਠੇ ਨੇ, ਜਿਹੜੀ ਉੱਥੋਂ ਦੀ ਲੋਕਲ ਪੁਲਿਸ ਹੈ SSP ਜਿਹੜੇ ਨੇ ਉਹ ਸੁਣ ਹੀ ਨਹੀਂ ਰਹੇ ਇਸ ਮਾਮਲੇ ਦੇ ਉੱਤੇ। ਇਹਦੇ ਨਾਲ ਹੀ ਇੱਕ ਬੱਚਾ ਜਿਹੜਾ ਦੀ ਹੋਰ ਚੁੱਕਿਆ ਗਿਆ ਕੱਲ੍ਹ। ਬੱਚੇ ਚੁੱਕੇ ਜਾਣ ਦੀ ਜਿਹੜੀ ਗਿਣਤੀ ਹੈ ਉਹ 28 ਹੋ ਗਈ ਹੈ। ਜੈਤੋਂ ਤੋਂ ਕਾਂਗਰਸੀ ਵਿਧਾਇਕ ਨੇ ਉਹਨਾਂ ਨੇ ਸਿਫਰ ਕਾਲ ਦੇ ਦੌਰਾਨ ਇਹ ਮਸਲਾ ਜਿਹੜਾ ਜੀ ਵਿਧਾਨ ਸਭਾ ਦੇ ਵਿੱਚ ਉਠਾਇਆ। ਹੈਰਾਨੀ ਵਾਲੀ ਗੱਲ ਇਹ ਰਹੀ ਕਿਉਂਕਿ ਇਹ ਬੜਾ ਗੰਭੀਰ ਮਸਲਾ ਹੈ। ਕਿਹਾ ਇਹ ਜਾਂਦਾ ਹੈ ਕਿ ਇਹਨਾਂ ਦੇ ਔਰਗਨ ਵਗੈਰਾ ਜਿਹੜੇ ਨੇ ਉਹ ਕੱਢਣ ਦੇ ਵਾਸਤੇ ਇੱਕ ਗਰੋਹ ਜਿਹੜਾ ਉਹ ਬੜਾ ਇਸ ਵੇਲੇ ਪੰਜਾਬ ਦੇ ਵਿੱਚ ਸਰਗਰਮ ਹੈ, ਉਹ ਹੀ ਇਹ ਬੱਚੇ ਜਿਹੜੇ ਦੀ ਚੁੱਕਦਾ। ਪਰ ਜਿਹਨਾਂ ਕੋਲੇ ਗ੍ਰਹਿ ਮੰਤਰਾਲਾ ਹੈ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲੇ, ਉਹਨਾਂ ਨੇ ਗੰਭੀਰਤਾ ਦੇ ਨਾਲ ਨਹੀਂ ਲਿਆ ਜੀ ਇਸ ਮਸਲੇ ਨੂੰ। ਉਹ ਕਹਿੰਦੇ ਕਿ ਇਹ ਜਿਹੜਾ ਤੁਸੀਂ ਉਠਾ ਰਹੇ ਹੋ ਮਸਲਾ ਇਹਦੇ ਵਿੱਚ ਸੱਚਾਈ ਨਹੀਂ ਹੈ। ਉਹਨਾਂ ਨੇ ਇਹ ਕਿਹਾ ਕਿ ਇਹਦੇ ਵਿੱਚੋਂ ਕੁਛ ਨਸ਼ੇੜੀ ਨੇ ਜਿਹੜੇ ਨਸ਼ੇ ਦੇ ਲੋੜ ਦੇ ਵਿੱਚ ਹੀ ਕਿਤੇ ਜਿਹੜੇ ਚਲੇ ਗਏ ਨੇ, ਕੁਛ ਬੱਚੇ ਜਿਹੜੇ ਨੇ ਮਾਪਿਆਂ ਨਾਲ ਰੁੱਸ ਕੇ ਘਰੋਂ ਚਲੇ ਗਏ ਨੇ। ਇੱਕ ਬੱਚਾ ਉਹਨਾਂ ਕਿਹਾ ATM ਚੋਰੀ ਕਰਦਾ ਫੜੇ ਜਾਣ ਤੋਂ ਬਾਅਦ ਲਾਪਤਾ ਹੋਇਆ, ਭਾਵ 28 ਉਹਨਾਂ ਨੇ ਗਿਣਤੀ ਕਰਤੀ ਇਹਦੇ ਵਿੱਚੋਂ ਕਿੰਨੇ ਨਸ਼ੇੜੀ ਨੇ, ਕਿੰਨੇ ਰੁੱਸ ਕੇ ਚਲੇ ਗਏ, ਕਿੰਨੇ ਚੋਰੀ ਦੇ ਮਾਮਲੇ ਦੇ ਵਿੱਚ ਸੀਗੇ ਉਹ ਚਲੇ ਗਏ। ਚਲੋ ਮੰਨ ਲਿਆ ਜਾਵੇ ਉਹ ਨਸ਼ੇੜੀ ਨੇ, ਇਹ ਵੀ ਮੰਨ ਲਿਆ ਜਾਵੇ ਮਾਪਿਆਂ ਦੇ ਨਾਲ ਰੁੱਸ ਕੇ ਚਲੇ ਗਏ, ਇਹ ਵੀ ਮੰਨ ਲਿਆ ਜਾਵੇ ਕਿ ਉਹ ATM ਚੋਰੀ ਕਰਨ ਵਾਲੇ ਮਾਮਲੇ ਦੇ ਵਿੱਚ ਚਾਹੀਦੇ ਸੀ ਤਾਂ ਭੱਜ ਗਏ, ਕਿੱਥੇ ਗਏ ਉਹ? ਜੀ ਜੀ, ਸਵਾਲ ਤਾਂ ਇਹ ਹੈ ਜੀ ਕਿ ਗਏ ਤਾਂ ਗਏ ਕਿੱਥੇ? ਪੁਲਿਸ ਜੇ ਉਹਨਾਂ ਨੂੰ ਲੱਭ ਨਹੀਂ ਸਕੀ ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਦੁਨੀਆਂ ਦੇ ਵਿੱਚ ਹੈਗੇ ਨੇ ਜਾਂ ਨਹੀਂ। ਜਿਹੜੇ ਮਾਪੇ ਵਿਚਾਰੇ ਤੰਗ ਪਰੇਸ਼ਾਨ ਨੇ, ਜਿਹਨਾਂ ਦੇ ਕਈ ਦਿਨਾਂ ਤੋਂ ਚੁੱਲ੍ਹੇ ਨਹੀਂ ਬਲੇ, ਉਹ ਪਿੱਟ ਸਿਆਪਾ ਪੁਲਿਸ ਦੇ ਸਾਹਮਣੇ ਕਰ ਰਹੇ ਨੇ ਕਿ ਉਹਨਾਂ ਦੇ ਬੱਚੇ ਲੱਭ ਕੇ ਦਿਓ, ਉਹਨਾਂ ਦੇ ਦਿਲਾਂ ਦੇ ਉੱਤੇ ਕੀ ਬੀਤੀ ਹੋਊਗੀ। ਜਿਹਨਾਂ ਨੂੰ ਆਸ ਸੀਗੀ ਇਹ ਕਿ ਵਿਧਾਨ ਸਭਾ ਦੇ ਵਿੱਚ ਮਸਲਾ ਉੱਠਣ ਤੋਂ ਬਾਅਦ ਜਿਹੜੀ ਪੁਲਿਸ ਹੈ ਉਹ ਤੇਜ਼ ਹੋਊਗੀ, ਇਹ ਤਾਂ ਪੁਲਿਸ ਨੂੰ ਇੱਕ ਕਿਸਮ ਦੇ ਨਾਲ ਚੁੰਡੀ ਭਰ ਦਿੱਤੀ ਗਈ ਆ ਵੀ ਕੋਈ ਗੱਲ ਨਹੀਂ, ਨਸ਼ੇੜੀ ਨੇ ਰਹਿਣ ਦਿਓ। ਜੀ 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 ਬਿਲਕੁਲ। ਤੇ ਇਹਨਾਂ ਨੂੰ ਬਿਲਕੁਲ ਜਿੱਦਾਂ ਲੱਗ ਰਿਹਾ ਵੀ ਇਹਨਾਂ ਨੂੰ ਕੋਈ ਇਸ ਨਾਂ ਦੇ ਬਾਰੇ ਚਿੰਤਾ ਹੀ ਨਹੀਂ ਹੈਗੀ ਆ ਇਸ ਇਸ਼ੂ ਨੂੰ ਲੈ ਕੇ। ਅਗਲੀ ਗੱਲ ਕਰਦੇ ਹਾਂ ਫਿਰ ਵਿਧਾਨ ਸਭਾ ਦੀ। ਵਿਧਾਨ ਸਭਾ 'ਚ ਜਿਹੜੇ ਕਈ ਅਕਾਲੀ ਆਪਸ ਦੇ ਵਿੱਚ ਹੀ ਜਿਹੜੇ ਆ ਉਹ ਫਸਦੇ ਨਜ਼ਰ ਆਏ, ਬਹਿਸ ਕਰਦੇ ਨਜ਼ਰ ਆਏ, ਕੀ ਹੈਗਾ ਜੀ, ਕਿਹੜੇ ਮੁੱਦੇ ਦੇ ਉੱਤੇ ਜਿਹੜੇ ਆਪਸ ਦੇ ਵਿੱਚ ਟਕਰਾਅ ਹੋ ਰਿਹਾ ਸੀ ਇਹਨਾਂ ਦਾ? ਮੁੱਦਾ ਹੋਵੇ ਨਾ ਜੀ ਮੁੱਦੇ ਦੇ ਉੱਤੇ ਬਹਿਸਣ ਤੋਂ ਫਿਰ ਤਾਂ ਸਵਾਦ ਆ ਜੇ, ਇਹਨਾਂ ਮੁੱਦਿਆਂ ਤੋਂ ਹੀ ਬਹਿਸੀ ਜਾਂਦੇ ਨੇ ਜੀ। ਜਿਹੜੇ ਤੋਤਾ ਸਿੰਘ ਹੋਰੀ ਨੇ ਉਹ ਕਾਫੀ ਟਾਰਗੇਟ ਬਣੇ ਹੋਏ ਨੇ ਜੀ, ਕਾਂਗਰਸੀਆਂ ਦਾ ਨਹੀਂ ਅਕਾਲੀਆਂ ਦਾ ਹੀ। ਅੱਛਾ ਜੀ। ਜਗੀਰ ਕੌਰ ਹੋਰੀ ਜਿਹੜੇ ਨੇ ਵਾਰ ਵਾਰ ਤੋਤਾ ਸਿੰਘ ਨੂੰ ਉਹ ਕੱਟਦੇ ਨੇ, ਤੋਤਾ ਸਿੰਘ ਨੂੰ ਡਾਕਟਰ ਚੀਮਾ ਜਿਹੜੇ ਨੇ ਉਹਨਾਂ ਨੇ ਵੀ ਕੱਟਿਆ ਜੀ। ਵਿਰਸਾ ਸਿੰਘ ਹੋਰਾਂ ਦਾ ਰੋਲ ਹੀ ਬੜਾ ਅਜੀਬੋ ਗਰੀਬ ਜਿਹਾ ਜਿਹੜਾ ਇਹਦੇ ਵਿੱਚ ਲੱਗ ਰਿਹਾ ਜੀ, ਉਹ ਰੁੱਸ ਕੇ ਤੁਰ ਪੈਂਦੇ ਨੇ ਬਾਹਰ ਨੂੰ, ਏਦਾਂ ਜਿਵੇਂ ਉਹਨਾਂ ਨੂੰ ਇਹ ਪਤਾ ਹੀ ਨਾ ਲੱਗ ਰਿਹਾ ਹੋਵੇ ਕਿ ਉਹ ਸੱਤਾਧਾਰੀ ਧਿਰ ਦੇ ਵੱਲੋਂ ਨੇ ਜਾਂ ਫਿਰ ਉਹ ਵਿਰੋਧੀ ਧਿਰ ਦੇ ਵੱਲੋਂ ਨੇ। ਹੁਣ ਜਿਹੜੇ ਸ਼ਰਨਜੀਤ ਸਿੰਘ ਢਿੱਲੋਂ ਨੇ, ਹੁਣ ਜਦੋਂ ਖੇਤੀ ਮੁੱਦੇ ਦੇ ਉੱਤੇ ਤੋਤਾ ਸਿੰਘ ਹੋਰੀ ਬੋਲ ਰਹੇ ਸੀਗੇ, ਸ਼ਰਨਜੀਤ ਸਿੰਘ ਢਿੱਲੋਂ ਨੇ ਬਰਾਬਰ ਦੇ ਉੱਤੇ ਜਿਹੜਾ ਜੀ ਉੱਠ ਕੇ ਖੜੇ ਹੋ ਕੇ ਬੋਲਣਾ ਸ਼ੁਰੂ ਕਰਤਾ, ਹਾਲਾਂਕਿ ਉਹਨੂੰ ਕਈ ਇਸ਼ਾਰੇ ਜਿਹੜੇ ਦੀ ਉਹ ਕੀਤੇ ਗਏ ਜਿਹੜੇ ਸਪੀਕਰ ਦੇ ਵੱਲੋਂ ਵੀ ਤੋਤਾ ਸਿੰਘ ਦੇ ਵੱਲੋਂ ਵੀ ਤੁਸੀਂ ਬਹਿ ਦਿਓ, ਪਰ ਉਹ ਬੈਠੇ ਨਹੀਂ, ਉਹ ਬਰਾਬਰ ਦੇ ਉੱਤੇ ਜਿਹੜੇ ਦੀ ਉਹ ਬੋਲੀ ਗਏ ਔਰ ਅਖੀਰ ਦੇ ਵਿੱਚ ਤੋਤਾ ਸਿੰਘ ਨੂੰ ਬਹਿਣਾ ਪੈ ਗਿਆ। ਬਲਟੋਹਾ ਜਿਹੜਾ ਵਿਰਸਾ ਸਿੰਘ ਬਲਟੋਹਾ ਜੀ, ਉਹ ਇੱਕ ਵਾਰੀ ਫੇਰ ਉੱਠ ਕੇ ਉਹਨਾਂ ਨੇ ਕਿਹਾ ਕਿ ਮੇਰੀ ਗੱਲ ਨੀ ਸੁਣਨੀ ਤੇ ਮੈਂ ਬਾਹਰ ਚੱਲਿਆ। ਚਰਨਜੀਤ ਸਿੰਘ ਅਟਵਾਲ ਹੋਰਾਂ ਨੇ ਕਿਹਾ ਜਾਂਦੇ ਹੋ ਤਾਂ ਜਾਓ, ਤੁਸੀਂ ਬਜਟ ਦੇ ਉੱਤੇ ਬੋਲਣਾ ਉਦੋਂ ਬੋਲ ਲੈਣਾ, ਧੱਕੇ ਨਾਲ ਤੁਸੀਂ ਜਿਹੜਾ ਜੀ ਉਹ ਕਿਵੇਂ ਬੋਲ ਲਓਗੇ ਜੀ ਜੀ। ਅਕਾਲੀ ਜਿਹੜੇ ਨੇ ਨਾ ਜੀ ਉਹ ਉਹਨਾਂ ਨੂੰ ਇਹ ਨੀ ਪਤਾ ਲੱਗ ਰਿਹਾ ਕਿ ਉਹਨਾਂ ਨੇ ਕਦੋਂ ਬੋਲਣਾ, ਕੀ ਬੋਲਣਾ, ਕਾਹਦੇ ਬਾਰੇ ਜਿਹੜਾ ਜੀ ਉਹ ਬੋਲਣਾ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਬਜਟ ਪੇਸ਼ ਕੀਤਾ, ਬਜਟ ਦੇ ਉੱਤੇ ਬਹਿਸ ਹੋ ਰਹੀ ਸੀਗੀ,
ਬਜਟ ਪੇਸ਼ ਕਰਨ ਵਾਲੇ ਪੰਜਾਬ ਦੇ ਖਾਲੀ ਖਜ਼ਾਨਾ ਮੰਤਰੀ ਜਿਹੜੇ ਪਰਮਿੰਦਰ ਸਿੰਘ ਢੀਂਡਸਾ ਵੀ ਹੈ ਨੀ ਸੀ ਵਿਧਾਨ ਸਭਾ ਚ ਜੀ, ਤੇ ਵਿਧਾਨ ਸਭਾ ਦੇ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੁਰੀ ਵੀ ਹੈ ਨੀ ਸੀਗੇ ਜੀ, ਨਾ ਪ੍ਰਕਾਸ਼ ਸਿੰਘ ਬਾਦਲ ਹੁਰੀ ਨਾ ਸੁਖਬੀਰ ਸਿੰਘ ਬਾਦਲ ਹੁਰੀ। ਬਿਲਕੁਲ ਜੀ, ਇਹਨਾਂ ਨੂੰ ਕੋਈ ਇਸ ਦੇ ਨਾਲ ਸੰਬੰਧ ਨਹੀਂ ਹੈ, ਇਹਨਾਂ ਨੇ ਆਪਣੇ ਬਜਟ ਜਿਹੜੇ ਆ ਜੀ ਉਹ ਕਰ ਰਹੇ ਆ, ਉਹ ਗੋਲਕ ਦੇ ਉੱਤੇ ਜਿਹੜਾ ਇਹਨਾਂ ਨੂੰ ਉਹ ਨਜ਼ਰ ਆ ਰਹੀ ਆ। ਤੇ ਅਗਲੀ ਜਿਹੜੀ ਗੱਲ ਕਰਦੇ ਆ, ਸਰਕਾਰ ਕਾਫੀ ਮਿਹਰਬਾਨ ਆ ਜੀ ਰੇਤ ਮਾਫੀਏ ਦੇ ਉੱਤੇ, ਕੀ ਹੈਗਾ ਜੀ ਇਸ ਲੇਟੈਸਟ ਖਬਰ ਦੇ ਪਿੱਛੇ? ਜਿਹੜੇ ਇਹ ਕਿਹਾ ਜਾਂਦਾ ਜਿਹੜਾ ਰੇਤ ਮਾਫੀਆ ਹੈ ਉਹਦੇ ਉੱਤੇ ਸਰਕਾਰ ਇੰਨੀ ਕੁ ਜਿਹੜੀ ਮਿਹਰਬਾਨ ਹੈ ਜੀ ਕਿ ਜਦੋਂ ਮਾਫੀਏ ਦੀ ਚਰਚਾ ਛਿੜੀ ਹੋਈ ਹੈ ਲੋਕ ਸਭਾ ਚੋਣਾਂ ਦੇ ਦੌਰਾਨ, ਇੰਨਾ ਇਹ ਮਾਮਲਾ ਰੇਤ ਵਾਲਾ ਜਿਹੜਾ ਜੀ ਉਹ ਭਖਿਆ ਜੀ, ਪਰ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਉਹਦੇ ਤਹਿਤ ਕੱਢੀ ਗਈ ਜਾਣਕਾਰੀ ਦੇ ਮੁਤਾਬਕ ਤਿੰਨਾਂ ਸਾਲਾਂ ਦੇ ਵਿੱਚ ਰੇਤ ਮਾਫੀਏ ਨੇ ਪੂਰੇ ਹੱਥ ਰੰਗੇ ਨੇ, ਪਰ ਸਰਕਾਰ ਨੇ ਇਹਨਾਂ ਨੂੰ ਕਿਤੇ ਹੱਥ ਨਹੀਂ ਪਾਇਆ ਜੀ। ਐਸੇ ਕਿਤੇ ਪਾਇਆ ਮਾੜੀ ਮੋਟੀ ਕਾਰਵਾਈ ਜਿਹੜੀ ਹੈ ਜੀ ਉਹ ਕਰਕੇ ਮੁੜ ਕੇ ਉਦੋਂ ਬਾਅਦ ਛੱਡ ਦਿੱਤਾ ਗਿਆ ਜੀ। ਕੇਂਦਰੀ ਖਾਣ ਮੰਤਰਾਲੇ ਦੇ ਵੇਰਵਿਆਂ ਦੇ ਮੁਤਾਬਕ ਜੀ ਪੰਜਾਬ ਦੇ ਵਿੱਚ 1 April 2010 ਤੋਂ ਲੈ ਕੇ 31 December 2013 ਤੱਕ ਰੇਤ ਮਾਫੀਏ ਖਿਲਾਫ਼ ਕਾਰਵਾਈ ਢਿੱਲੀ ਰਹੀ ਹੈ। ਇਹਦੇ ਦੌਰਾਨ ਜਿਹੜੇ ਗੈਰ ਕਾਨੂੰਨੀ ਰੇਤਾ ਕੱਢਣ ਦੇ 287 ਕੇਸ ਫੜੇ ਗਏ, ਜਿਹਦੇ ਚੋਂ ਸਿਰਫ 86 ਕੇਸ ਜੋ ਕਿ 8% ਬਣਦੇ ਨੇ ਇਹਦੇ ਵਿੱਚ ਪੁਲਿਸ ਕੇਸ ਦਰਜ ਜਿਹੜਾ ਜੀ ਕਰਵਾਇਆ ਗਿਆ। ਬਾਕੀ ਮਾਮਲਿਆਂ ਦੇ ਵਿੱਚ ਮਾਮੂਲੀ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਹੈ। 287 ਕੇਸਾਂ ਦੇ ਵਿੱਚੋਂ ਸਿਰਫ 61 ਜਿਹੜੇ ਵਹੀਕਲ ਨੇ ਉਹ ਮਹਿਕਮੇ ਨੇ ਤੇ ਪੁਲਿਸ ਨੇ ਜਿਹੜੇ ਫੜੇ ਨੇ। ਪੰਜਾਬ ਸਰਕਾਰ ਨੇ 1,44,00,000 ਰੁਪਏ ਜੁਰਮਾਨਾ ਤਾਂ ਕੀਤਾ। ਪੰਜਾਬ ਦੇ ਵਿੱਚ ਰੇਤਾ ਬਹੁਤ ਮਹਿੰਗਾ ਹੋਇਆ ਜਿਹਦੇ ਕਰਕੇ ਹਾਕਮ ਧਿਰ ਨੂੰ ਇਹਦਾ ਲੋਕ ਸਭਾ ਚੋਣਾਂ ਦੇ ਵਿੱਚ ਖਮਿਆਜ਼ਾ ਵੀ ਜਿਹੜਾ ਉਹ ਭੁਗਤਣਾ ਪਿਆ ਜੀ। ਜਿਹੜੀ ਕੇਂਦਰੀ ਬਿਊਰੋ ਆਫ ਮਾਈਨਸ ਦੇ ਕੋਲੇ ਰਾਜ ਸਰਕਾਰ ਦੇ ਵੱਲੋਂ ਜਿਹੜੀ 3 ਮਹੀਨਿਆਂ ਦੀ ਰਿਟਰਨ ਭਰੀ ਜਾਂਦੀ ਆ ਉਹਦੇ ਵੇਰਵਿਆਂ ਦੇ ਅਨੁਸਾਰ ਜੀ ਪੰਜਾਬ ਦੇ ਵਿੱਚ ਸਾਲ 10-11 ਦੇ ਵਿੱਚ ਗੈਰ ਕਾਨੂੰਨੀ ਜਿਹੜੀ ਰੇਤ ਕੱਢਣ ਦੇ 754 ਕੇਸ ਸਾਹਮਣੇ ਆਏ, ਜਿਹਦੇ ਚ 11-12 ਦੇ ਵਿੱਚ ਇਹਨਾਂ ਕੇਸਾਂ ਦੀ ਗਿਣਤੀ 314 ਰਹਿ ਗਈ, ਭਾਵ ਕਿ ਘੱਟ ਗਿਆ ਕੰਮ। ਸਾਲ 12-13 ਦੇ ਵਿੱਚ ਸਿਰਫ 19 ਕੇਸ ਜਿਹੜੇ ਨੇ ਜੀ ਉਹ ਗੈਰ ਕਾਨੂੰਨੀ ਖੁਦਾਈ ਦੇ ਜਿਹੜੇ ਸਾਹਮਣੇ ਆਏ। 13-14 ਦੀ ਰਿਟਰਨ ਅਜੇ ਰਾਜ ਸਰਕਾਰ ਨੇ ਭੇਜੀ ਨਹੀਂ ਹੈ, ਭਾਵ ਕਿ ਰੇਤ ਮਾਫੀਆ ਏਡਾ ਸਟਰੋਂਗ ਹੋ ਗਿਆ ਉਹਨੂੰ ਹੁਣ ਸਰਕਾਰ ਜਿਹੜਾ ਹੱਥ ਹੀ ਨਹੀਂ ਪਾਉਂਦੀ। ਕਿਉਂ? ਕਿਉਂਕਿ ਸਰਕਾਰੀ ਧਿਰ ਵਾਲੇ ਉਹਦੇ ਵਿੱਚ ਨੇ ਜੀ। ਜੀ ਬਿਲਕੁਲ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੇ ਪ੍ਰਵਾਸੀ ਹੈਗੇ ਨੇ ਪੰਜਾਬੀ ਉਹਨਾਂ ਦੀਆਂ ਜਾਇਦਾਦਾਂ ਦੇ ਉੱਤੇ ਜਿਹੜੇ ਕਬਜ਼ੇ ਆ ਉਸ ਦਾ ਜਿਹੜਾ ਮਾਮਲਾ ਆ ਉਹ ਵੀ ਵਿਧਾਨ ਸਭਾ ਦੇ ਵਿੱਚ ਉੱਠਿਆ। ਅਤੇ ਵੈਸੇ ਵੀ ਜਿਹੜਾ ਕਾਫੀ ਇੱਥੇ ਬਾਹਰ ਅਸੀਂ ਵੀ ਸੁਚੇਤ ਕਰਦੇ ਰਹਿੰਦੇ ਹਾਂ ਵੀ ਆਪਣੀਆਂ ਜਿੰਨੀਆਂ ਜਾਇਦਾਦਾਂ ਆ ਜੇ ਤੁਸੀਂ ਉੱਥੇ ਨਹੀਂ ਜਾਣਾ ਤਾਂ ਵੇਚ ਵੱਟ ਲਓ, ਇਸ ਤੋਂ ਪਹਿਲਾਂ ਵੀ ਕਿਸੇ ਦੀ ਉਸ ਦੇ ਉੱਤੇ ਅੱਖ ਆ ਜਾਵੇ ਅਤੇ ਉਹ ਤੁਹਾਡੇ ਹੱਥੋਂ ਲੈ ਜਾਵੇ। ਕੀ ਰਿਹਾ ਇਸ ਪੂਰੇ ਮਾਮਲੇ ਦੇ ਪਿੱਛੇ? ਦੇ ਕਈ ਹੋਰ ਵੀ ਤਰੀਕੇ ਹੋ ਸਕਦੇ ਨੇ ਜੀ ਉਹਨਾਂ ਨੂੰ ਬਚਾਉਣ ਲਈ। ਵੇਚਣ ਵੱਟਣ ਨੇ ਉਹ ਹੁੰਦਾ ਜੀ ਕਿ ਜਿਹੜੇ ਬਜ਼ੁਰਗ ਨੇ ਉਹ ਕਦੀ ਵੀ ਨਹੀਂ ਚਾਹੁੰਦੇ ਹੁੰਦੇ ਜੀ ਕਿ ਉਹਨਾਂ ਦੀ ਜਾਇਦਾਦ ਜਿਹੜੀ ਆ ਉਹ ਵੇਚੀ ਜਾਵੇ, ਪਰ ਮੁਸ਼ਕਲ ਇਹ ਹੈ ਕਿ ਇਹ ਜਿਹੜਾ ਮਾਫੀਆ ਹੈ ਨਾ ਜੀ ਇਹਦੇ ਵਿੱਚ ਜਿਹੜੇ ਸੱਤਾਧਾਰੀ ਜਾਂ ਇਹ ਕਹਿ ਲਓ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਦਾ ਬਹੁਤ ਵੱਡਾ ਹੱਥ ਹੈ। ਦੋ ਕੇਸ ਜਿਹੜੇ ਕੈਨੇਡਾ ਦੇ ਨਾਲ ਹੀ ਜੁੜੇ ਹੋਏ ਨੇ, ਇੱਕ ਤਾਂ ਨਿਰਮਲ ਸਿੰਘ ਸਿੱਧੂ ਹੈ ਉਹਦੀ ਪਿੰਡ ਬੁਰਜ ਹਮੀਰਾ ਦੇ ਵਿੱਚ 14 acres ਜ਼ਮੀਨ ਹੈ, ਅਕਾਲੀ ਦਲ ਦੇ ਸੀਨੀਅਰ ਮੰਤਰੀ ਦੀ ਸ਼ਹਿਰ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਗਿਆ। ਮੈਂ ਦੱਸਦਾ ਕਿ ਸੀਨੀਅਰ ਮੰਤਰੀ ਤੋਤਾ ਸਿੰਘ ਹੋਰੀ ਨੇ ਇਹਦੇ ਜਿਹੜਾ ਇਹ ਪਿਛਲੇ ਦਿਨਾਂ ਤੋਂ ਕਾਫੀ ਮਸਲਾ ਜਿਹੜਾ ਜੀ ਉਹ ਭਖ ਰਿਹਾ ਹੈ। ਸਿਆਸੀ ਦਬਾਅ ਪੈਣ ਕਰਕੇ ਜਿਹੜੀ ਪੁਲਿਸ ਹੈ ਇਸ ਮਾਮਲੇ ਦੇ ਉੱਤੇ ਕੋਈ ਕਾਰਵਾਈ ਨਹੀਂ ਕਰ ਰਹੀ, ਚੁੱਪ ਕਰਕੇ ਬੈਠੀ ਹੈ। ਇੱਕ ਮਾਮਲਾ ਰਿਟਾਇਰਡ ਬ੍ਰਿਗੇਡੀਅਰ ਦੇ ਨਾਲ ਜੁੜਿਆ ਹੋਇਆ ਜੀ, ਮੋਹਾਲੀ ਦੇ ਵਿੱਚ ਉਹਦੀ ਜਿਹੜੀ ਜਾਇਦਾਦ ਸੀਗੀ ਉਹਦੇ ਉੱਤੇ ਕਬਜ਼ਾ ਕਰ ਲਿਆ ਗਿਆ, ਉਹਦੇ ਪਲੋਟਾਂ ਦੇ ਉੱਤੇ ਵੀ, ਉਹਦੀ ਕੋਠੀ ਦੇ ਉੱਤੇ ਵੀ। ਇਹ ਰਿਟਾਇਰਡ ਬ੍ਰਿਗੇਡੀਅਰ ਹੈ ਜੀ ਉਹਨੂੰ ਭੱਜ ਕੇ ਆਉਣਾ ਪਿਆ ਕੈਨੇਡਾ ਤੋਂ ਆਪਣੀ ਜਾਇਦਾਦ ਜਿਹੜੀ ਹੈ ਉਹ ਬਚਾਉਣ ਦੇ ਵਾਸਤੇ। ਜਦੋਂ ਸਾਰੀ ਕਹਾਣੀ ਸਾਹਮਣੇ ਆਈ ਤਾਂ ਪਤਾ ਇਹ ਲੱਗਿਆ ਜੀ ਕਿ ਉਹਦੇ ਪਿੱਛੇ ਵੀ ਇੱਕ ਅਕਾਲੀ ਅਹਿਮ ਜਿਹੜਾ ਨੇਤਾ ਜੀ ਉਹਦਾ ਹੱਥ ਹੈ ਜਿਹਦੇ ਬੰਦਿਆਂ ਨੇ ਇਹਦੇ ਉੱਤੇ ਕਬਜ਼ਾ ਜਿਹੜਾ ਜੀ ਕੀਤਾ। ਹੁਣ ਇਹ ਮਾਮਲਾ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਉਹ ਗੂੰਜਿਆ, ਵਿਧਾਨ ਸਭਾ ਵਿੱਚ ਬਲਵੀਰ ਸਿੰਘ ਸਿੱਧੂ ਹੋਰਾਂ ਨੇ ਇਹ ਮਾਮਲਾ ਜਿਹੜਾ ਜੀ ਲਿਆਂਦਾ ਕਿ ਜਿਹੜੀ ਸਰਕਾਰੀ ਧਿਰ ਹੈ ਜਿਹਨੇ ਜਾਇਦਾਦਾਂ ਦੀ ਰਾਖੀ ਕਰਨੀ ਹੁੰਦੀ ਹੈ ਉਹ ਤਾਂ ਪ੍ਰਵਾਸੀਆਂ ਦੀਆਂ ਜਾਇਦਾਦਾਂ ਦੇ ਉੱਤੇ ਕਬਜ਼ੇ ਜਿਹੜੇ ਆ ਜੀ ਉਹ ਕਰ ਰਹੀ ਹੈ ਜਾਂ ਕਰਵਾ ਰਹੀ ਹੈ। ਇਹਦੀ ਇਹਨੂੰ ਜੀ ਤੁਰੰਤ ਦੇਖਦਿਆਂ ਹੋਇਆਂ ਸੁਖਬੀਰ ਬਾਦਲ ਹੋਰਾਂ ਨੇ ਇਹ ਗੱਲ ਤਾਂ ਆਖੀ ਹੈ ਜੀ ਬ੍ਰਿਗੇਡੀਅਰ ਵਾਲੇ ਮਾਮਲੇ ਦੇ ਵਿੱਚ ਕਿ ਤੁਰੰਤ ਇਹਦੀ ਜਿਹੜੀ ਹੈ ਜੀ ਕਾਰਵਾਈ ਕੀਤੀ ਜਾਵੇ, ਕਿਉਂਕਿ ਕਾਰਵਾਈ ਕੀਤੀ ਪੁਲਿਸ ਨੇ ਉਹਦੇ ਪਿੱਛੇ ਜਿਹੜੇ ਅਹਿਮ ਅਕਾਲੀ ਆਗੂ ਨੇ ਉਹਦਾ ਫੋਨ ਆ ਗਿਆ ਤੇ ਨਾਲ ਦੀ ਨਾਲ ਜਿਹੜਾ ਸੀਗਾ ਜੀ ਉਹਨਾਂ ਬੰਦਿਆਂ ਨੂੰ ਛੱਡ ਦਿੱਤਾ। ਹੁਣ ਕਿਉਂਕਿ ਵਿਧਾਨ ਸਭਾ ਦੇ ਵਿੱਚ ਆ ਗਿਆ ਮਾਮਲਾ, ਇਹ ਆਖਿਆ ਗਿਆ ਕਿ ਤੁਰੰਤ ਜਿਹੜੇ ਬੰਦੇ ਨੇ ਉਹ ਫੜੇ ਜਾਣ, ਫੜ ਕੇ ਇਹਦਾ ਦੁੱਧ ਦਾ ਦੁੱਧ ਜਿਹੜਾ ਪਾਣੀ ਦਾ ਪਾਣੀ ਕੀਤਾ ਜਾਵੇ। ਪਰ ਮੁਸ਼ਕਲ ਇਹ ਹੈ ਕਿ ਉਹਦੇ ਪਿੱਛੇ ਵੱਡੇ ਲੋਕ ਨੇ, ਕੀ ਵਾਕਿਆ ਹੀ ਉਹ ਫੜੇ ਜਾਣਗੇ ਇਹ ਸਵਾਲੀਆ ਚਿੰਨ੍ਹ।
ਜੀ, ਇਸ ਦੇ ਉੱਤੇ ਅਜੇ ਵੀ ਸਵਾਲ ਨੇ ਅਤੇ ਹਮੇਸ਼ਾ ਹੀ ਜਿਹੜੇ ਆ ਸਵਾਲ ਆ ਉਹ ਰਹਿਣਗੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਇੱਕ ਜਿਹੜੀ ਇਸ ਟਾਈਮ ਖਬਰ ਸਾਹਮਣੇ ਆ ਰਹੀ ਆ ਵੀ ਜਿਹੜੀ ਸਬਸਿਡੀ ਘਟਾਉਣ ਦਾ ਜਿਹੜਾ ਮਾਮਲਾ ਆ ਉਹ ਚੱਲ ਰਿਹਾ ਆ ਵੀ ਸਰਕਾਰ ਦੇ ਵੱਲੋਂ, ਇਹ ਜਿਹੜਾ ਸੈਂਟਰ ਦੇ ਵੱਲੋਂ ਕਿਹਾ ਗਿਆ ਵੀ ਜਿਹੜੇ ਕਿਸਾਨਾਂ ਨੂੰ ਬੋਨਸ ਮਿਲੇ ਆ ਜਿਹੜੇ ਜਿਹੜੇ ਸੂਬਿਆਂ ਦੇ ਵਿੱਚ, ਉਹਨਾਂ ਦੇ ਅਨਾਜ ਜਿਹੜੇ ਉਹ ਨਹੀਂ ਖਰੀਦੇਗਾ ਇਹ ਸਰਕਾਰ, ਕੀ ਇਹ ਉਹ ਕਿਸਾਨਾਂ ਦੇ ਨਾਲ ਜਿਹੜਾ ਇੱਕ ਮਾੜਾ ਵਿਹਾਰ ਨਹੀਂ ਆ ਵੀ ਜਿਹੜੀ ਆਪਣੀ ਹੱਡ ਪਸੀਨੇ ਦੀ ਜਿਹੜੀ ਕਮਾਈ ਦੇ ਨਾਲ ਜਿਹੜੀ ਮਿਹਨਤ ਦੇ ਨਾਲ ਉਹ ਆਪਣੀਆਂ ਫਸਲਾਂ ਉੱਥੋਂ ਤੱਕ ਪਹੁੰਚਾਉਂਦੇ ਨੇ, ਬਾਅਦ 'ਚ ਉਹਨਾਂ ਦੇ ਨਾਲ ਜਿਹੜੇ ਇਸ ਤਰੀਕੇ ਦਾ ਵਿਵਹਾਰ ਹੁੰਦਾ ਆ, ਅਤੇ ਕੀ ਇਹਨਾਂ ਦੀਆਂ ਫਸਲਾਂ ਦੇ ਉੱਤੇ ਕਿੱਦਾਂ ਦਾ ਅਸਰ ਪਵੇਗਾ, ਤੁਹਾਡਾ ਇਸ ਪੂਰੇ ਜਿਹੜੇ ਮਾਮਲੇ ਦੇ ਉੱਤੇ ਕੀ ਵਿਚਾਰ? ਦੇਖੋ, ਜਿਹੜਾ ਜਿਹੜਾ ਸੈਂਟਰ ਵਾਲਾ ਬਜਟ ਆਇਆ ਜਾਂ ਜਿਹੜਾ ਪੰਜਾਬ ਵਾਲਾ ਬਜਟ ਆਇਆ, ਸੈਂਟਰ ਵਾਲੇ ਬਜਟ ਤੋਂ ਕਿਸਾਨਾਂ ਦੇ ਵਾਸਤੇ ਬਹੁਤ ਵੱਡੀ ਆਸ ਸੀਗੀ, ਪਰ ਨਿਰਾਸ਼ਾ ਪੱਲੇ ਜਿਹੜੀ ਹੈ ਉਹ ਪਈ ਹੈ ਜੀ। ਪੰਜਾਬ ਸਰਕਾਰ ਤੋਂ ਤਾਂ ਕੋਈ ਆਸ ਵੀ ਨਹੀਂ ਹੈਗੀ ਸੀ ਜੀ, ਉਹ ਤਾਂ ਜੇ ਸਹੀ ਪੁੱਛੋ ਤਾਂ ਮੈਂ ਜੇ ਤਸ਼ਬੀਹ ਦੇਣੀ ਹੋਵੇ ਤਾਂ ਏਦਾਂ ਲੱਗਦਾ ਸੀਗਾ ਕਿ ਪਰਮਿੰਦਰ ਸਿੰਘ ਢੀਂਡਸਾ ਹੋਰੀ ਕੋਈ ਦੂਜੀ ਤੀਜੀ ਦਾ ਕਾਇਦਾ ਲੈ ਕੇ ਨਾ ਉਹ ਪੜ ਰਹੇ ਨੇ, ਔਰ ਪੜ ਏਦਾਂ ਰਹੇ ਨੇ ਕਿ ਉਹਨੂੰ ਇਹ ਹੁਕਮ ਚਾੜਿਆ ਗਿਆ ਕਿ ਪਹਿਲੇ ਸਫ਼ੇ ਤੋਂ ਲੈ ਕੇ ਅਖੀਰ ਤੱਕ ਪੜ੍ਹਨਾ, 90 ਮਿੰਟ ਤੱਕ ਪੜ੍ਹੀ ਗਏ। ਜਿੱਦਾਂ ਛੋਟੇ ਹੁੰਦੇ ਦੂਜੀ ਤੀਜੀ ਚ ਪੜ੍ਹਦੇ ਸੀ, ਚੀੜੀ ਨੂੰ ਸਿਹਾਰੀ, ਸੱਸਾ ਦੱਦੇ ਨੂੰ ਬਿਹਾਰੀ, ਇਸ ਦੀ ਇਹਦਾ ਜੋੜ ਜੋੜ ਲਾ ਕੇ ਉਹ ਪੜ੍ਹਦੇ ਰਹੇ, ਉਹਨਾਂ ਦੇ ਵਿੱਚੋਂ ਕੱਖ ਨੀ ਮਿਲਿਆ। ਇਹ ਬਦਕਿਸਮਤੀ ਹੈ ਮੁਲਕ ਦੀ ਕਿ ਮੁਲਕ ਦਾ ਢਿੱਡ ਭਰਨ ਵਾਲਾ ਜਿਹੜਾ ਕਿਸਾਨ ਹੈ, ਜੇ ਇਸ ਵੇਲੇ ਸਭ ਤੋਂ ਵੱਧ ਤਰਸਯੋਗ ਹਾਲਤ ਦੇ ਵਿੱਚ ਕੋਈ ਹੈ ਤਾਂ ਉਹ ਕਿਸਾਨ ਹੈ। ਉਹਨੂੰ ਵਿਚਾਰੇ ਨੂੰ ਆਸ ਵੀ ਨੀ ਦੀਦੀ ਕਿ ਕਿਸ ਪਾਸੇ ਤੋਂ ਜਿਹੜੀ ਆਸ ਹੈ ਉਹ ਬਣੇ ਤਾਂ ਕਿ ਉਹਦੀ ਬਾਂਹ ਜਿਹੜੀ ਹੈ ਉਹ ਫੜੀ ਜਾ ਸਕੇ। ਜਿਹੜੀ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਹੈ ਜੀ, ਉਹ ਕਿਸਾਨਾਂ ਦੀ ਹਮਾਇਤੀ ਸਰਕਾਰ ਹੋਣ ਦਾ ਦਾਅਵਾ ਜਿਹੜਾ ਜੀ ਉਹ ਕਰਦੀ ਹੈ। ਦੇਖਦੇ ਹਾਂ ਕਿ ਸੈਂਟਰ ਦੀ ਸਰਕਾਰ ਤੋਂ ਇਸੇ ਹਿਸਾਬ ਦੇ ਨਾਲ ਬਾਦਲ ਸਾਹਿਬ ਜਾ ਕੇ ਡੇਰੇ ਲਾਉਂਦੇ ਨੇ, ਗਲੇਡੂ ਸੁੱਟਦੇ ਨੇ ਉੱਥੇ ਜਾ ਕੇ ਕਿਸਾਨਾਂ ਦੇ ਵਾਸਤੇ ਜਾਂ ਨਹੀਂ, ਜਾਂ ਸਿਰਫ ਉਹ ਗੋਲਕ ਦੇ ਵਾਸਤੇ ਹੀ ਸੁੱਟਦੇ ਨੇ। ਉਹਨਾਂ ਤੋਂ ਹੁਣ ਜਿਹੜੀ ਆਸ ਹੈ, ਲਾਲ ਸਿੰਘ ਨੇ ਕੱਲ ਜਿਹੜੇ ਵਿਧਾਇਕ ਨੇ ਉਹਨਾਂ ਨੇ ਮਸਲਾ ਉਠਾਇਆ ਸੀਗਾ ਕਿ ਹੁਣ ਤੁਹਾਡੀ ਸਕੀ ਮਾਂ ਜਿਹੜੀ ਹੈ ਜੀ ਉਹਦਾ ਰਾਜ ਆ ਗਿਆ, ਪਹਿਲਾਂ ਮਤੇਈ ਮਾਂ ਹੁੰਦੀ ਸੀ ਕਾਂਗਰਸ, ਉਹਦਾ ਚਲੇ ਗਿਆ, ਹੁਣ ਲਿਆਓ ਕਿਹੜੇ ਪੈਕੇਜ ਲਿਆਓਗੇ ਉੱਥੇ। ਜੀ ਜੀ ਜੀ, ਸਭ ਨੂੰ ਇੰਤਜ਼ਾਰ ਆ ਜੀ ਉਹ ਜਿਹੜੇ ਟਰੱਕ ਆਉਣੇ ਆ ਭਰ ਭਰ ਕੇ ਨੋਟਾਂ ਦੇ। ਅਗਲੀ ਗੱਲ ਕਰਦੇ ਹਾਂ, ਜਿਹੜੀ ਆ ਸ਼੍ਰੀ ਹੇਮਕੁੰਟ ਸਾਹਿਬ ਦੀ ਜਿਹੜੀ ਯਾਤਰਾ ਆ ਉਹ ਜਿਹੜੀ ਆ ਰੋਕੀ ਗਈ ਆ ਹਦਾਇਤਾਂ ਦੇ ਉੱਤੇ ਵੀ ਸ਼ਾਇਦ ਮੌਸਮ ਉੱਥੇ ਜਿਹੜਾ ਖਰਾਬ ਆ ਉਸਦੇ ਕਰਕੇ, ਪਰ ਲੋਕ ਜਿਹੜੇ ਆ ਉਹ ਰੁਕਣ ਦਾ ਨਾਮ ਨਹੀਂ ਲੈ ਰਹੇ, ਕੀ ਚੱਲ ਰਿਹਾ ਜੀ ਉੱਥੇ? ਭਾਰੀ ਮੀਂਹ ਔਰ ਜਿਹੜੇ ਹੜਾਂ ਦਾ ਖਤਰਾ ਜੀ ਇਸ ਵੇਲੇ ਬਣਿਆ ਹੋਇਆ ਜੀ ਜੀ, ਔਰ ਇਹਦੀ ਵਜ੍ਹਾ ਕਰਕੇ ਜੀ ਜਿਹੜੇ ਉੱਥੇ ਰੋਕ ਦਿੱਤੀ ਗਈ ਆ ਉੱਤਰਾਖੰਡ ਦੇ ਵਿੱਚ ਲੋਕਾਂ ਨੂੰ ਜਾਣ ਤੋਂ ਕਿ ਉੱਥੇ ਤੁਸੀਂ ਨਾ ਜਾਓ। ਪਿਛਲੇ ਸਾਲ ਜੋ ਕੁਛ ਉੱਤਰਾਖੰਡ ਦੇ ਵਿੱਚ ਹੋਇਆ ਉਹ ਅਜੇ ਤੱਕ ਉਹਦਾ ਮਲਬਾ ਜਿਹੜਾ ਨਾ ਜੀ ਉਹ ਪਿਆ ਉੱਥੇ, ਲੋਕ ਜਿਹੜੇ ਨੇ ਤੁਰ ਪੈਂਦੇ ਨੇ, ਮੁੜ ਕੇ ਫੌਜ ਨੂੰ ਵੇਖਣ ਲੱਗ ਜਾਂਦੇ ਆ ਕਿ ਕਦੋਂ ਆ ਕੇ ਉਹਨਾਂ ਨੂੰ ਜਿਹੜੀ ਕੱਢਿਆ ਜਾਊਗਾ। ਮੌਸਮ ਵਿਭਾਗ ਲਗਾਤਾਰ ਜਿਹੜਾ ਜੀ ਉਹ ਇਹ ਕਹੀ ਜਾ ਰਿਹਾ ਕਿ ਉਸ ਪਾਸੇ ਵੱਲ ਨੂੰ ਨਾ ਜਾਓ। ਹੇਮਕੁੰਟ ਯਾਤਰਾ ਜਿਹੜੀ ਆ ਉਹ ਰੋਕੀ ਗਈ ਹੈ, ਲੋਕ ਨਹੀਂ ਰੁਕਦੇ ਜੀ, ਲੋਕ ਜਿਹੜੇ ਨੇ ਉਹ ਤੁਰੇ ਜਾ ਰਹੇ ਨੇ ਜੀ। ਜਿਹੜੇ ਉੱਥੋਂ ਦੇ ਪ੍ਰਬੰਧਕ ਨੇ ਉਹ ਵੀ ਇਹ ਕਹੀ ਜਾਂਦੇ ਨੇ ਕਿ ਇੰਨੀ ਬਾਰਿਸ਼ ਹੋਈ ਹੈ, ਨਾਲ ਦੀ ਨਾਲ ਇਹ ਵੀ ਕਹੀ ਜਾਂਦੇ ਨੇ ਕਿ ਇਹਦੇ ਦੌਰਾਨ ਵੀ ਇੰਨੇ ਯਾਤਰੂ ਜਿਹੜੇ ਨੇ ਇਹਨਾਂ ਦੀ ਉਹ ਇੱਥੇ ਆ ਕੇ ਯਾਤਰਾ ਜਿਹੜੀ ਆ ਉਹ ਕਰ ਗਏ ਨੇ ਜੀ। ਸ਼ਰਧਾ ਉੱਲੂ ਹੀ ਕਿਹਾ ਜਾ ਸਕਦਾ ਜੀ, ਸ਼ਰਧਾ ਉੱਲੂ ਲਫ਼ਜ਼ ਤਾਂ ਇੱਥੇ ਮੇਰਾ ਖਿਆਲ ਠੀਕ ਨਹੀਂ ਹੈਗਾ, ਸ਼ਰਧਾ ਉੱਲੂ ਹੀ ਨੇ ਜੀ। ਲੋਕ ਇੱਧਰ ਨੂੰ ਤੁਰ ਰਹੇ ਨੇ, ਉਹ ਹੇਮਕੁੰਟ ਨੂੰ ਤੁਰੇ ਜਾ ਰਹੇ ਨੇ, ਇਸ ਤੋਂ ਇਲਾਵਾ ਗੰਗੋਤਰੀ, ਯਮਨੋਤਰੀ, ਬਦਰੀਨਾਥ, ਕੇਦਾਰਨਾਥ ਜਿਹੜੇ ਆ ਜੀ। ਔਰ ਪਿਛਲੀ ਵਾਰੀ ਜਿਹੜੇ ਹੜ੍ਹ ਆਏ ਸੀਗੇ, ਜਿੰਨਾ ਜਾਨੀ ਨੁਕਸਾਨ ਇੱਦਾਂ ਇਸ ਜਗ੍ਹਾ ਦੇ ਉੱਤੇ ਹੋਇਆ ਸੀਗਾ ਜੀ, ਉਹ ਕਿਸੇ ਨੂੰ ਭੁੱਲਿਆ ਨਹੀਂ, ਲੋਕ ਫਿਰ ਉੱਧਰ ਨੂੰ ਤੁਰੇ ਜਾ ਰਹੇ ਨੇ ਜੀ ਅਜੇ ਜੀ। ਇੱਕ ਹੋਰ ਜਿਹੜਾ ਮਾਮਲਾ ਸਾਹਮਣੇ ਆਇਆ ਵੀ ਹਰਸਿਮਰਤ ਬਾਦਲ ਆ ਉਸਨੂੰ ਹਾਈਕੋਰਟ ਦੇ ਵੱਲੋਂ ਕੋਈ ਨੋਟਿਸ ਜਾਰੀ ਹੋਇਆ ਜਿਹੜਾ ਚੋਣਾਂ ਦੇ ਵਿੱਚ ਜ਼ਿਆਦਾ ਖਰਚ ਕਰਨ ਕਰਕੇ, ਕੀ ਹੈਗਾ ਜੀ ਇਸ ਟਾਈਮ ਇਸ ਦੇ ਉੱਤੇ? ਇਹ ਐਕਚੁਲੀ ਇਹ ਜਿਹੜਾ ਮਾਮਲਾ ਹੈ ਜੀ ਇਹ ਚੋਣਾਂ ਦੇ ਸੰਬੰਧ ਦੇ ਨਾਲ ਜੁੜਿਆ ਹੋਇਆ ਜੀ, ਇਹ ਵੱਧ ਖਰਚੇ ਵਾਲਾ ਮਾਮਲਾ ਨਹੀਂ ਹੈ ਜੀ। ਇਸ ਮਾਮਲੇ ਦੇ ਵਿੱਚ ਇੱਕ ਨਵਜੋਤ ਸਿੰਘ ਨੇ ਜੀ ਡੱਬ ਵਾਲੀ ਢਾਬ ਦੇ ਮੁਕਤਸਰ ਜ਼ਿਲ੍ਹੇ ਤੋਂ ਨੇ, ਉਹਨਾਂ ਨੇ ਇਹ ਜਿਹੜੀ ਪਟੀਸ਼ਨ ਪਾਈ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਭ੍ਰਿਸ਼ਟ ਢੰਗ ਤਰੀਕੇ ਜਿਹੜੇ ਆ ਉਹ ਵਰਤੇ ਗਏ ਨੇ। ਉਹਨਾਂ ਨੇ ਇਹ ਕਿਹਾ ਕਿ ਜਿਹੜਾ ਪੀਟੀਸੀ ਨਿਊਜ਼, ਫਾਸਟਵੇ ਨਿਊਜ਼, ਕੇਬਲ ਨੈਟਵਰਕ ਜਿਹੜਾ ਜੀ ਉਹਨੇ ਅਕਾਲੀ ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਚੋਣ ਮੁਹਿੰਮ ਜਿਹੜੀ ਆ ਜੀ ਉਹ ਚਲਾਈ ਹੈ ਤੇ ਉਹਨੂੰ ਪਾਰਲੀਮਾਨੀ ਹਲਕੇ ਦੀ ਮਸੀਹਾ ਵਜੋਂ ਜਿਹੜਾ ਪੇਸ਼ ਕੀਤਾ ਗਿਆ, ਜਿਹਦੇ ਕਰਕੇ ਉਹਦੇ ਵਾਸਤੇ ਵਿਸ਼ੇਸ਼ ਪ੍ਰੋਗਰਾਮ ਜਿਹੜੇ ਜੀ ਉਹ ਤਿਆਰ ਕੀਤੇ ਗਏ। ਉਹਨੇ ਇਹ ਕਿਹਾ ਕਿ ਇਹਦਾ ਜਿਹੜਾ ਜੀ ਟੀਵੀ ਚੈਨਲ ਨੂੰ ਉਹਦੇ ਵਿੱਚ ਸਿੱਖ ਧਰਮ ਤੇ ਕੌਮੀ ਝੰਡੇ ਦਾ ਨਿਸ਼ਾਨ ਵੀ ਜਿਹੜਾ ਜੀ ਉਹ ਵਰਤਿਆ ਗਿਆ,
ਜਿਹਦੇ ਆਧਾਰ ਦੇ ਉੱਤੇ ਵੋਟਾਂ ਜਿਹੜੀਆਂ ਜੀ ਉਹ ਮੰਗੀਆਂ ਗਈਆਂ। ਇਹ ਪੀਟੀਸੀ ਨਿਊਜ਼ ਤੇ ਬਾਕੀ ਜਿਹੜਾ ਫਾਸਟਵੇਅਰ ਉਹਦੇ ਉੱਤੇ ਦਿਖਾਏ ਗਏ ਨੇ। ਇਸ ਮਾਮਲੇ ਦੇ ਵਿੱਚ ਨੋਟਿਸ ਜਿਹੜਾ ਜੀ ਉਹ ਹਰਸਿਮਰਤ ਕੌਰ ਬਾਦਲ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਾਰੀ ਕੀਤਾ, 29 ਅਗਸਤ ਤੱਕ ਉਹਨੂੰ ਪੇਸ਼ ਹੋਣ ਦੇ ਹੁਕਮ ਲਾਏ ਗਏ ਨੇ। ਜੀ 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 ਤਾਂ ਸਰੋਤੋ ਇਹ ਸੀਗੀਆਂ ਜੀ ਕੁਛ ਜਿਹੜੀਆਂ ਖਬਰਾਂ ਪੰਜਾਬ ਦੀਆਂ, ਉਸਦੀ ਗਹਿਰਾਈ ਤੱਕ ਜਾਣ ਦੀ ਸਾਡੀ ਕੋਸ਼ਿਸ਼ ਸੀਗੀ ਬਲਤੇਜ ਸਿੰਘ ਪੰਨੂ ਹੁਣਾਂ ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੇ ਸਮਾਂ ਵੀ ਜਿਹੜਾ ਜੀ ਆਪਣਾ ਸਮਾਪਤ ਹੋ ਰਿਹਾ, ਪਰ ਜਾਣ ਤੋਂ ਪਹਿਲਾਂ ਅੱਜ ਨਾਮਾ ਕਿ ਬਾਦਲ ਅੰਦਰ ਅਸੈਂਬਲੀ ਵੇਖ ਹੈ ਨਹੀਂ ਭਿੜਨ ਲੱਗ ਪਏ ਆਪ ਵਜ਼ੀਰ ਮੀਆਂ। ਜੀ ਬਾਦਲ ਅੰਦਰ ਅਸੈਂਬਲੀ ਵੇਖ ਹੈ ਨਹੀਂ ਭਿੜਨ ਲੱਗ ਪਏ ਆਪ ਵਜ਼ੀਰ ਮੀਆਂ, ਤੋਤਾ ਸਿੰਘ ਦੀ ਸੁਣੀ ਨਹੀਂ ਬਾਤ ਸਾਰੀ ਪੈ ਗਈ ਮਗਰ ਸੀ ਕੌਰ ਜਗੀਰ ਮੀਆਂ। ਜੀ ਵਿਰਸਾ ਸਿੰਘ ਵਜ਼ੀਰੀ ਦੇ ਫਰਜ਼ ਭੁੱਲਾ, ਗੁੱਸੇ ਵਿੱਚ ਨਾ ਰੱਖੀ ਗਈ ਧੀਰ ਮੀਆਂ, ਤੋਤੇ ਚੀਮੇ ਦਾ ਪਿੱਛੋਂ ਤਕਰਾਰ ਹੋਇਆ, ਹੋ ਗਈ ਭਿੜਨ ਦੇ ਪੱਖੋਂ ਅਖੀਰ ਮੀਆਂ। ਜੀ ਬਹਿੰਦਾ ਵਿਹੜੇ ਦੇ ਵਿੱਚ ਜਦ ਆਪ ਬਾਪੂ, ਕਾਕੇ ਕਾਕੀਆਂ ਦੀ ਕੁਸਕੇ ਡਾਰ ਨਹੀਂ ਹੋ। ਜੀ ਬਹਿੰਦਾ ਵਿਹੜੇ ਦੇ ਵਿੱਚ ਜਦ ਆਪ ਬਾਪੂ, ਕਾਕੇ ਕਾਕੀਆਂ ਦੀ ਕੁਸਕੇ ਡਾਰ ਨਹੀਂ ਹੋ, ਬਾਬਾ ਜ਼ਰਾ ਵੀ ਵਿਹੜੇ ਚੋਂ ਬਾਹਰ ਜਾਵੇ, ਮੰਨਦਾ ਕਿਸੇ ਨੂੰ ਕੋਈ ਸਰਦਾਰ ਨਹੀਂ। ਜੀ 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 ਬਿਲਕੁਲ ਜੀ, ਤੁਸੀਂ ਸਪਸ਼ਟ ਦੱਸ ਦਿੱਤਾ ਵੀ ਵਿਧਾਨ ਸਭਾ 'ਚ ਇਸ ਟਾਈਮ ਜਿਹੜਾ ਜੀ ਕੀ ਚੱਲ ਰਿਹਾ ਅਕਾਲੀਆਂ ਦਾ ਹਾਲ। ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਕੱਲ੍ਹ ਨੂੰ ਇੱਕ ਵਾਰੀ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਉਦੋਂ ਤੱਕ ਲਈ ਤੁਹਾਡਾ ਧੰਨਵਾਦ ਤੇ ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਬਹੁਤ ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸੋਚੋ ਸੁਣ ਰਹੇ ਸੀ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ। ਇੱਥੇ ਹੀ ਜਿਹੜਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ, ਕੱਲ੍ਹ ਨੂੰ ਆਪ ਸਭ ਦੇ ਨਾਲ ਇੱਕ ਵਾਰੀ ਫਿਰ ਮੁਲਾਕਾਤ ਹੋਵੇਗੀ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ, ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।